ਬ੍ਰੇਕ ਤੋਂ ਬਾਅਦ ਇੱਕ ਬੰਮੜ ਤੋਂ ਤੁਹਾਡਾ ਸਵਾਗਤ ਹੈ ਰੁਕ ਕਰਦੇ ਮਾਲਵਾ ਖੇਤੂ ਦੀਆਂ ਖਬਰਾਂ ਦਾ ਇਹ ਹੁਣ ਗੱਲ ਕਰਦੇ ਆ ਮੋਗਾ ਨਗਰ ਨਿਗਮ ਵਿੱਚ ਹੋਏ 17 ਲੱਖ ਰੁਪਏ ਦੇ ਵੱਡੇ ਕਪਲੇ ਦੀ ਜਿਸ ਦਾ ਪਰਦਾ ਫਾਸ਼ ਕੀਤਾ ਹੈ ਠੇਕੇਦਾਰ ਯੂਨੀਅਨ ਦੇ ਪ੍ਰਧਾਨ ਨੇ ਜਿਨ੍ਹਾਂ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਲਾਏ ਬੂਟਿਆਂ ਦੀ ਜਾਣਕਾਰੀ ਆਈਟੀਆਰ ਰਾਹੀਂ ਪ੍ਰਾਪਤ ਕੀਤੀ ਹੈ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਗਰ ਨਿਗਮ ਵੱਲੋਂ ਪਾਰਕਾਂ ਦੇ ਸੁੰਦਰੀਕਰਨ ਲਈ ਜੋ ਬੂਟੇ ਲਗਾਏ ਗਏ ਨੇ ਉਹਨਾਂ ਦੇ ਇੱਕ ਬੂਟੇ ਦੀ ਕੀਮਤ 1300 ਰੁਪਏ ਦੱਸੀ ਗਈ ਹੈ ਜਿਸ ਦੀ ਕੁੱਲ ਲਾਗਤ 17 ਲੱਖ ਰੁਪਏ ਬਣਦੀ ਹੈ ਪਰ ਸ਼ਹਿਰ ਅਤੇ ਪਾਰਕਾਂ ਵਿੱਚ ਇੰਨੇ ਮਹਿੰਗੇ ਬੂਟੇ ਕਿਧਰੇ ਲੱਗੇ ਨਜ਼ਰ ਨਹੀਂ ਆਉਂਦੇ ਉਧਰ ਇਸ ਮਾਮਲੇ ਦੀ ਮੇਅਰ ਨੇ ਪੜਤਾਲ ਦੇ ਹੁਕਮ ਦਿੱਤੇ ਨੇ ਦੂਜੇ ਪਾਸੇ ਕਾਲੀ ਅਦਲ ਨੇ ਵੀ ਨਗਰ ਨਿਗਮ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕੀਤੇ ਨੇ ਨਾ ਵੀ ਅੱਜ ਤੋਂ 2 ਮਹੀਨੇ ਪਹਿਲਾਂ ਗੱਲ ਚੱਲਦੀ ਪਈ ਸ਼ਹਿਰ ਦੇ ਵਿੱਚ ਪਾਰਕਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਪਾਰਕਾਂ ਦੀ ਡਿਵੈਲਪਮੈਂਟ ਕਰ ਰਹੇ ਆ ਪਰ ਜਦੋਂ ਅਸੀਂ ਇਹਦੇ ਬਰੀਕੀ ਚ ਗਏ ਆ ਤੇ ਇਹਦਾ ਰਿਕਾਰਡ ਕਢਾਇਆ ਰਿਕਾਰਡ ਦੇ ਵਿੱਚ ਪਤਾ ਲੱਗਿਆ ਵੀ ਇਹਨਾਂ ਨੇ 900 ਬੂਟਾ ਲਾਇਆ ਪਾਰਕਾਂ ਦੇ ਵਿੱਚ 1300 ਰੁਪਏ ਪ੍ਰਤੀ ਬੂਟਾ ਜੀ 11 ਲੱਖ 70 ਹਜ਼ਾਰ ਰੁਪਏ ਦੀ ਕੀਮਤ ਬਣ ਗਈ ਜੀ ਇਹਦੀ ਉਹ ਬੂਟਾ ਕਿਤੇ ਲੱਗਾ ਦਿਸਦੇ ਨਹੀਂ ਇਸੇ ਤਰ੍ਹਾਂ ਹੀ ਇਹਨਾਂ ਨੇ 1.5 150 ਬੂਟਾ ਪਰ ਪੱਕੇ ਪਰਮਾਨੈਂਟ ਟਰੀ ਪਰਮੰਡ ਸ਼ਰਾਬ ਜੀ ਲਾਏ ਆ ਉਹ ਵੀ ਪ੍ਰਤੀ ਬੂਟਾ 150 ਰੁਪਏ ਪ੍ਰਤੀ ਬੂਟਾ 150 ਰੁਪਏ ਟੋਟਲ ਕੀਮਤੇ ਦੀ 17 ਲੱਖ ਰੁਪਏ ਬਣ ਜਾਂਦੀ ਹੈ ਜੀ ਜਦ ਕਿ ਨਰਨਗਨ ਕੋਲ ਚਾਰ ਮਾਲੀ ਆ ਜੀ ਇਹਨਾਂ ਨੇ ਤਾਂ ਬੂਟੇ ਲਾਤੇ ਜੀ ਉਹਨਾਂ ਦੀ ਦੇਖਭਾਲ ਕੌਣ ਕਰੂਗਾ ਕਮਿਸ਼ਨਰ ਮੈਮ ਨੇ 24 ਨੂੰ O&N ਬ੍ਰਾਂਚ ਦੀ ਡਿਊਟੀ ਲਗਾ ਦਿੱਤੀ ਕਿ ਇਹਦੀ ਮਤਲਬ ਇਨਕੁਆਇਰੀ ਕੀਤੀ ਜਾਏ ਇਸ ਕਰਕੇ ਮੈਂ ਇੱਕ ਜੁਆਇੰਟ ਵਿਜ਼ਿਟ ਵੀ ਕਰ ਰਹੀ ਆਂ ਟੀਮ ਮੈਂਬਰਸ ਦੇ ਨਾਲ ਤਾਂ ਕਿ ਮੈਂ ਦੇਖਣਾ ਚਾਹੂੰਗੀ ਕਿ ਅਗਰ ਪਲਾਂਟਸ ਲੱਗੀਆਂ ਤਾਂ ਉਹ ਕਿੱਥੇ ਲੱਗੀਆਂ ਇਹ ਚੀਜ਼ ਜਦੋਂ ਸ਼ੁਰੂ ਹੋਈ ਹੈ ਮਤਲਬ ਉਹ ਮੈਨੂੰ ਨਹੀਂ ਪਤਾ ਇਹਨਾਂ ਨੇ ਕਿਸ ਤਰ੍ਹਾਂ ਕੀਤੀ ਹੈ ਇਹ ਮੈਂ ਦੇਖੋ ਮੈਂ ਅਗਰ ਮੈਂ ਜਾਣੀ ਸਾਰਾ ਕੁਝ ਚੈੱਕ ਹੋਏਗਾ ਪ੍ਰੋਪਰ ਠੀਕ ਹੈ ਅਗਰ ਜੀ ਦੀ ਵੀ ਮਿਸਟੇਕ ਹੈਗੀ ਹੈ ਚਾਹੇ ਕਿਸੇ ਦਾ ਵੀ ਕਸੂਰ ਹੈ ਮੈਂ ਕਹੂੰਗੀ ਉਹਦੇ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜ਼ਰੂਰ ਹੋਏਗੀ ਬੜੇ ਅਫਸੋਸ ਦੀ ਗੱਲ ਹੈ ਖਾਸ ਕਰਕੇ ਜਿਹੜਾ ਇਹੋ ਜਿਹੇ ਕੱਪੜੇ ਹੈ ਇਹ ਸਾਡੇ ਜਿਹੜੇ ਲੋਕਾਂ ਦੇ ਨਮਾਇंदे ਨੇ ਉਹਨਾਂ ਦੇ ਹੀ ਨਾ ਧਿਆਨ ਦੇ ਵਿੱਚ ਨੋਂਦੇ ਨੂੰ ਨਲੈਕੀ ਨਾਲ ਹੀ ਹੁੰਦੇ ਨੇ ਜਦੋਂ ਕਿ ਸਾਡਾ ਕੋਈ ਪਤਾ ਵੀ ਅਸੀਂ ਕਾਰਪੋਰੇਸ਼ਨ ਦੇ ਵਿੱਚ ਮਤਾ ਪਾਸ ਕੀਤਾ ਹੈਗਾ ਸਾਡੇ ਸਾਹਮਣੇ ਮਤਾ ਪਾਸ 10 ਲੱਖ ਰੁਪਏ ਦੇ ਸ਼ਹਿਰ 'ਚ ਟ੍ਰੀਗਾਰਡ ਲੱਗਣੇ ਹੈ ਪੰਜਾਬ ਵਾਰਡ ਹਰ ਕਾਉਂਸਲਰ ਨੇ ਮੰਗਣੇ ਸੀ ਮੇਰੇ ਮੇਰੇ ਵਾਰਡ ਚ ਕਿੰਨੇ ਕਿੰਨੇ ਬੁੱਟੇ ਲੱਗਣੇ ਹੈਗੇ ਕੀ ਉਹਨਾਂ ਨੇ ਰਾਖੀ ਕੀਤੀ ਮੈਂ ਸਮਝਦਾ ਵੀ ਇਹ ਸਾਰੀ ਬੜੀ ਵੱਡੀ ਮੱਲੀ ਭੁਗਤਾ ਬਹੁਤ ਜਿਆਦਾ ਵੱਡਿਆਂ ਦੇ ਚ ਕਪੜਾ ਹੋ ਰਿਹਾ